ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਧੀਰ ਐਜੂਕੇਸ਼ਨ ਤੇ ਹਾਂਜੀ ਕਈ ਬੱਚੇ ਜੋ ਟੈਨਸ਼ਨ ਦੇ ਵਿੱਚ ਨੇ ਕਿ ਜੋ ਪੰਜਾਬ ਪੁਲਿਸ ਕਨਸਟੇਬਲ ਦੀ ਭਰਤੀ ਹੈ ਇਹ ਕਿਤੇ 2016 ਦੇ ਵਾਂਗੂ ਇਹ ਭਰਤੀ ਲੜਕਤਾਂ ਨਹੀਂ ਜਾਵੇਗੀ ਜਾਂ ਇਸ ਦਾ ਰਿਜ਼ਲਟ ਆਵੇਗਾ ਜਾਂ ਨਹੀਂ ਆਵੇਗਾ ਦੇਖੋ ਜੀ ਇਸ ਦਾ ਰਿਜ਼ਲਟ ਅੱਜ ਜਾਂ 2-4 ਦਿਨ ਦੇ ਵਿੱਚ ਵਿੱਚ ਆ ਸਕਦਾ ਹੈ ਕੋਡ ਆਫ ਕੰਡਕਟ ਲੱਗਣ ਤੋਂ ਪਹਿਲਾਂ-ਪਹਿਲਾਂ ਜੋ ਰਿਜ਼ਲਟ ਆ ਉਹ ਨਾਊਂਸ ਹੋ ਵੀ ਸਕਦਾ ਹੈ ਕਿਉਂਕਿ ਕਈ ਬੱਚਿਆਂ ਨੇ ਟਵਿੱਟਰ ਤੇ ਇੱਕ ਕੈਂਪੇਨ ਵੀ ਚਲਾਈ ਸੀ ਪਰ ਉਹਦੇ ਵਿੱਚ ਕੁਝ ਥੋੜੇ ਜਿਹੇ ਬੱਚੇ ਸੀ ਜਿਆਦਾ ਬੱਚੇ ਇਕੱਠੇ ਨਹੀਂ ਹੋਏ ਤੇ ਬੱਚਿਆਂ ਦੇ ਵਿੱਚ ਜੁੰਟੀ ਨਹੀਂ ਸੀ ਤੁਸੀਂ ਦੇਖਿਆ ਹੀ ਹੋਵੇਗਾ ਕਿ ਪੀ ਟ੍ਰਿਪਲ ਐਸਬੀ ਬੋਰਡ ਦੇ ਵੱਲੋਂ ਜੋ ਕਲਰਕ ਦਾ ਪੇਪਰ ਲਿਆ ਗਿਆ ਸੀ ਉਸ ਦੇ ਵਿੱਚ ਬੱਚਿਆਂ ਨੇ ਮੁੱਖ ਮੰਤਰੀ ਜੋ ਆਪਣੇ ਚਰਨਜੀਤ ਸਿੰਘ ਚੰਨੀ ਨੇ ਉਹਨਾਂ ਦੇ ਘਰ ਦੇ ਰਿਹائش ਦੇ ਅੱਗੇ ਧਰਨਾ ਦਿੱਤਾ ਤੇ ਉਹਨਾਂ ਦੀ ਗੱਲ ਹੋਈ ਜੋ ਬੋਰਡ ਦੇ ਆਫੀਸਰਸ ਨੇ ਉਹਨਾਂ ਨੇ ਉਹਨਾਂ ਨੂੰ ਯਕੀਨ ਦਿਵਾਇਆ ਕਿ 4 ਤਰੀਕ ਨੂੰ ਅਨਸਰ ਕੀ ਆ ਜਾਵੇਗੀ ਪਰ ਪੰਜਾਬ ਪੁਲਿਸ ਕਾਂਸਟੇਬਲ ਦੇ ਕੇਸ ਦੇ ਵਿੱਚ ਜੇ ਦੇਖਿਆ ਜਾਵੇ ਤਾ ਬੱਚੇ ਦੇ ਵਿੱਚ ਜੁਨਟੀ ਬੱਚਿਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਘੱਟ ਦੇਖਣ ਨੂੰ ਮਿਲੀ ਹੈ ਕਿਉਂਕਿ ਕਈ ਬੱਚਿਆਂ ਨੇ ਟੈਲੀਗ੍ਰਾਮ ਤੇ ਵੀ ਗਰੁੱਪ ਬਣਵਾਇਆ ਸੀ ਤੇ ਉਸ ਦੇ ਵਿੱਚ 40-50 ਬੱਚੇ ਹੀ ਸੀ ਤੇ ਟਵਿੱਟਰ ਤੇ ਵੀ 40-50 ਬੱਚਿਆਂ ਨੇ ਜੋ ਟਵੀਟ ਕੀਤਾ ਹੈ ਜ਼ਿਆਦਾ ਬੱਚਿਆਂ ਨੇ ਟਵੀਟ ਨਹੀਂ ਕੀਤਾ ਇਸ ਕਰਕੇ ਹੋ ਸਕਦਾ ਹੈ ਕਿ ਜਿਹੜਾ ਇਸ ਦਾ ਰਿਜ਼ਲਟ ਹੈ ਪੰਜਾਬ ਪੁਲਿਸ ਕਨਸਟੇਬਲ ਦਾ ਉਹ ਆ ਵੀ ਸਕਦਾ ਹੈ ਤੇ ਇਸ ਦਾ ਜੋ ਰਿਜ਼ਲਟ ਹੈ ਉਹ ਕੋਈ ਅਜੇ ਚਾਂਸ ਨਹੀਂ ਹੈਗੇ ਕਿਉਂਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ ਪੰਜਾਬ ਦੇ ਵਿੱਚ ਜਿੰਨੀਆਂ ਵੀ ਭਰਤੀਆਂ ਨੇ ਸਾਰੀਆਂ ਜੇ ਪੈਂਡਿੰਗ ਨੇ ਕੋਈ ਜੋ ਭਰਤੀ ਆ ਜੋ ਪੂਰੀ ਹੋਈ ਹੋਵੇਗੀ ਨਹੀਂ ਸਾਰੀਆਂ ਭਰਤੀਆਂ ਅਜੇ ਤੱਕ ਪੈਂਡਿੰਗ ਨੇ ਬਾਕੀ ਆਪਣੇ ਜੋ ਮੁੱਖ ਮੰਤਰੀ ਜੀ ਨੇ ਉਹ ਐਲਾਨ ਕਰਦੇ ਨੇ ਕਿ 4 ਤਰੀਕ ਨੂੰ 4 ਜਨਵਰੀ ਅੱਜ ਹੈ ਕਿ ਅੱਜ ਜੋ ਪੋਸਟਾਂ ਨੇ ਪੰਜਾਬ ਪੁਲਿਸ ਹੋਮ ਗਾਰਡ ਦੀਆਂ ਸ਼ਾਇਦ ਉਹ ਅਨਾਉਂਸ ਕੀਤੀਆਂ ਜਾਣਗੀਆਂ ਬਾਕੀ ਜੇ ਪੋਸਟਾਂ ਅਨਾਉਂਸ ਵੀ ਕੀਤੀਆਂ ਜਾਂਦੀਆਂ ਨੇ ਉਸ ਦੇ ਨਾਲ ਕੀ ਹੋਵੇਗਾ ਕਿਉਂਕਿ ਜੋ ਪਹਿਲਾਂ ਹੀ ਪੋਸਟਾਂ ਇੰਨੀਆਂ ਪੈਂਡਿੰਗ ਪਈਆਂ ਨੇ ਉਹ ਵੀ ਪੂਰੀਆਂ ਨਹੀਂ ਹੁੰਦੀਆਂ ਤੇ ਜਿਹੜੀਆਂ ਹੋਰ ਪੋਸਟਾਂ ਆ ਜਾਣਗੀਆਂ ਕਿਤਨਗੀਆਂ ਤੇ ਇਹ ਵੀ ਵਿਚੇ ਲੜਕਦੀਆਂ ਰਹਿ ਜਾਣਗੀਆਂ ਇਸ ਕਰਕੇ ਹੋ ਜੇ ਜਿਆਦਾ ਤੋਂ ਜਿਆਦਾ ਹੋ ਸਕਦਾ ਹੈ ਕਿ ਪਹਿਲਾਂ ਇਹਨਾਂ ਨੂੰ ਪੰਜਾਬ ਦੇ ਜੋ ਮੁੱਖ ਮੰਤਰੀ ਨੇ ਇਹਨਾਂ ਨੂੰ ਚਾਹੀਦਾ ਹੈ ਕਿ ਪਹਿਲਾਂ ਜੋ ਪੁਰਾਣੀਆਂ ਭਰਤੀਆਂ ਨੇ ਉਹਨਾਂ ਵੱਲ ਜ਼ਿਆਦਾ ਧਿਆਨ ਦਿੱਤਾ ਜਾਵੇ ਕਿਉਂਕਿ ਬੱਚੇ ਬਹੁਤ ਪਰੇਸ਼ਾਨ ਨੇ ਹੈੱਡ ਕਨਸਟੇਬਲ ਨੂੰ ਲੈ ਕੇ ਵੀ ਬਹੁਤ ਪਰੇਸ਼ਾਨ ਨੇ ਉਸ ਦਾ ਰਿਜ਼ਲਟ ਨਹੀਂ ਹੋਜੇ ਤੱਕ ਆ ਰਿਹਾ ਤੇ ਹੋਰ ਭਰਤੀਆਂ ਨੇ ਜਿਵੇਂ ਸਬ ਇੰਸਪੈਕਟਰ ਦੀ ਹੋਈ ਇੰਟੈਲੀਜੈਂਸ ਤੇ ਇਨਵੈਸਟੀਗੇਸ਼ਨ ਕੈਡਰ ਦੀ ਭਰਤੀ ਹੈ ਬਹੁਤ ਸਾਰੀਆਂ ਭਰਤੀਆਂ ਨੇ ਜੋ ਐਮੀ ਅਜੇ ਲੜਕ ਰਹੀਆਂ ਨੇ ਅਜੇ ਤੱਕ ਪੂਰੀਆਂ ਨਹੀਂ ਹੋਈਆਂ ਬਾਕੀ ਹੁਣ ਕੋਡ ਆਫ ਕੰਡਕਟ ਵੀ ਜਲਦੀ ਹੋ ਲੱਗਣ ਵਾਲਾ ਹੈ ਇਸ ਕਰਕੇ ਭਰਤੀਆਂ ਨੇ ਜੋ ਪੂਰੀਆਂ ਹੁੰਦੀਆਂ ਨਹੀਂ ਜਾਪਦੀਆਂ ਹੋ ਸਕਦਾ ਹੈ ਕਿ ਜੋ ਨਵੀਂ ਸਰਕਾਰ ਆਵੇ ਉਸ ਦੇ ਟਾਈਮ ਵਿੱਚ ਇਹ ਜੇ ਭਰਤੀਆਂ ਨੇ ਜਿਹੜੀਆਂ ਰਹਿ ਗਈਆਂ ਪੈਂਡਿੰਗ ਨੇ ਇਹ ਪੂਰੀਆਂ ਹੋਣ ਤਾਂ ਇਸ ਨੂੰ ਅਜੇ 2-4 ਮਹੀਨੇ ਵੀ ਲੱਗ ਸਕਦੇ ਨੇ ਬਾਕੀ ਅਜੇ ਦੇਖਦੇ ਆਪਾਂ ਕੀ ਬਣਦਾ ਹੈ ਅੱਜ ਦੇਖਦੇ ਆ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਕੀ ਐਲਾਨ ਕਰਦੇ ਨੇ 4 ਜਨਵਰੀ ਦਾ ਦਿਨ ਅੱਜ ਦੇਖਦੇ ਆ ਕਿ ਕੀ ਕੁਝ ਹੁੰਦਾ ਹੈ ਬਾਕੀ ਐਲਾਨ ਕਰਨ ਨਾਲ ਕੁਝ ਜ਼ਿਆਦਾ ਫਰਕ ਨਹੀਂ ਪਵੇਗਾ ਬੱਚੇ ਨਰਾਸ਼ ਤੇ ਜੋ ਨਰਾਸ਼ ਬੱਚੇ ਨੇ ਉਹ ਤਾਂ ਨਰਾਸ਼ ਹੀ ਰਹਿਣਗੇ ਕਿਉਂਕਿ ਪ੍ਰਾਣੀਆਂ ਭਰਤੀਆਂ ਅਜੇ ਤੱਕ ਪੈਂਡਿੰਗ ਪਈਆਂ ਨੇ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਆਪਣਾ ਆਪਣਾ ਸੁਝਾਅ ਜ਼ਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ ਬਾਕੀ ਤੁਸੀਂ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜਦੋਂ ਵੀ ਕੋਈ ਅਪਡੇਟ ਆਉਗੀ ਚਾਹੇ ਕੌਨਸਟੇਬਲ ਨੂੰ ਲੈ ਕੇ ਹੋਵੇ ਚਾਹੇ ਪੀ ਟ੍ਰਿਪਲ ਐਸ ਬੀ ਬੋਰਡ ਦੀ ਕਲਰਕ ਦੀ ਅਨਸਰ ਕੀ ਹੋਵੇ ਤੁਹਾਨੂੰ ਸਭ ਤੋਂ ਪਹਿਲਾਂ ਇਸ ਚੈਨਲ ਦੇ ਉੱਤੇ ਆ ਜੋ ਅਪਲੋਡ ਕਰ ਦਿੱਤਾ ਜਾਊਗਾ ਤੇ ਤੁਹਾਨੂੰ ਜਾਣਕਾਰੀ ਆ ਜੋ ਦੇ ਦਿੱਤੀ ਜਾਊਗੀ ਬਾਕੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ